ਤੁਹਾਨੂੰ ਇੱਕ ਚੀਜ਼ ਦਿਖਾਉਣਾ। ਤੁਹਾਨੂੰ ਯਾਦ ਆ ਆਪਾਂ ਥੋੜ੍ਹੇ ਕੁ ਦਿਨ ਪਹਿਲਾਂ ਇੱਕ ਆਪਣੇ ਕੋਠੇ 'ਤੇ ਕਬੂਤਰ ਆ ਗਿਆ ਸੀਗਾ, ਥੱਕਿਆ ਪਿਆ ਸੀ, ਫਿਰ ਡੈਡੀ ਚੱਕ ਕੇ ਲਿਆਏ ਸੀ ਡੈਡੀ ਜੀ। ਅਤੇ ਫਿਰ ਅਸੀਂ ਕੀ ਕੀਤਾ ਸੀਗਾ, ਰਾਤ ਨੂੰ ਨਾ ਉਹਨੂੰ ਕਮਰੇ ਦੇ ਵਿੱਚ ਹੀ ਰੱਖ ਲਿਆ ਸੀਗਾ, ਟੋਕਰੇ ਦੇ ਥੱਲੇ ਦਾਣੇ ਪਾ ਕੇ, ਪਾਣੀ ਪੂਣੀ ਉਹ ਸਾਰਾ ਕੁਛ ਰੱਖ ਲਿਆ ਸੀਗਾ ਵੀ ਚੱਲ ਸਵੇਰ ਤੱਕ ਥੋੜ੍ਹਾ ਜਿਹਾ ਤਕੜਾ ਹੋ ਜੂਗਾ, ਪਰ ਅੰਦਰ ਫਿਰ ਵੀ ਗਰਮੀ ਹੋ ਹੀ ਜਾਂਦੀ ਆ। ਡੈਡੀ ਕਹਿੰਦੇ, ਫਿਰ ਡੈਡੀ ਨੇ ਅੱਜ ਸਵੇਰੇ ਉਹ ਉੱਪਰ ਛੱਡਤਾ ਅਤੇ ਹਜੇ ਤੱਕ ਕੋਠੇ 'ਤੇ ਹੀ ਆ। ਮੈਂ ਦੇਖਦਾ ਜੇ ਮੈਨੂੰ ਨੇੜੇ ਜਾਣ ਦਿੰਦਾ ਵਾ ਉਹ, ਮੈਨੂੰ ਲੱਗਦਾ ਉੱਡ ਜੂਗਾ। ਮੈਂ ਉਹਨੂੰ ਡਰਾਉਣਾ ਨਹੀਂ ਚਾਹੁੰਦਾ ਹੈਗਾ ਜੇ ਥੱਕਿਆ ਹੋਇਆ, ਪਰ ਇਹ ਜਿਹੜੇ ਆਹ ਵਾਲੇ ਕਬੂਤਰ ਮੈਨੂੰ ਲੱਗਦਾ ਘੱਟ ਹੀ ਉੱਡਦੇ ਆ। ਬਾਕੀ ਕੋਲ ਜਾ ਕੇ ਦੇਖ ਲੈਂਦੇ ਹਾਂ, ਡਰ ਤਾਂ ਰਿਹਾ ਵਾ, ਦੇਖਦੇ ਹਾਂ ਨੇੜੇ ਜਾ ਕੇ। ਤਿਆਰ ਆ ਤਾਂ ਉੱਡਣ ਨੂੰ ਮੈਂ, ਦਿਲ ਕੀ ਬਾਤ ਨਹੀਂ। ਇੱਕ ਮੈਂ ਗਾਣੇ ਜੀ ਸੁਣ ਰਿਹਾ ਸੀ ਹਿੰਦੀ ਵਾਲੇ ਵਾਲੀ, ਨਾ ਪੁੱਤ ਪੂਰੀ ਆ, ਹੈ ਨਾ, ਡਰਦਾ ਰਹਿਣ ਦਿੰਦੇ ਹਾਂ ਕਿਉਂਕਿ। ਸੋ ਆਹ ਕਮਰੇ 'ਚ ਰੱਖ ਲਿਆ ਸੀਗਾ ਆਪਾਂ, ਜਾਲੀ ਵਾਲੇ ਗੇਟ 'ਤੇ ਵੀ ਹਵਾ ਪੈਂਦੀ ਰਹੇ, ਔਰ ਟੋਕਰੇ ਦੇ ਵਿੱਚ ਆਹ ਕੁੜੀ ਲਾਤੀ ਸੀ ਵੀ ਰਾਤ ਨੂੰ ਕਿਤੇ ਬਿੱਲੀ ਬੁੱਲੀ ਨਾ ਖਾ ਜਾਵੇ। ਅਤੇ ਬਾਈ ਜਿਹਦਾ ਵੀ ਕਬੂਤਰ ਸੀਗਾ ਵੀਰੇ, ਹੁਣ ਸਾਨੂੰ ਪਤਾ ਨਹੀਂ ਕਿਹਦਾ ਕਬੂਤਰ ਆ, ਅਸੀਂ ਤਾਂ ਇੱਕ ਦਿਨ ਸੇਵਾ ਕਰਕੇ ਹੁਣ ਇਹਨਾਂ ਨੂੰ ਬੰਨ ਕੇ ਵੀ ਨਹੀਂ ਰੱਖ ਸਕਦੇ, ਅਸੀਂ ਤਾਂ ਹੁਣ ਕੋਠੇ 'ਤੇ ਬਿਠਾਇਆ। ਮੈਨੂੰ ਆਇਆ ਵੀ ਬਿੱਲੀ ਬੁੱਲੀ ਨਾ ਇਹਨੂੰ ਖਾ ਜਾਵੇ, ਉਰੀ ਘੁੰਮੀ ਜਾਂਦਾ। ਲੈ ਇੱਕ ਹੋਰ ਕਬੂਤਰ ਆ ਕੇ ਬਹਿ ਗਿਆ ਉਹਦੇ ਕੋਲ, ਇੱਕ ਹੋਰ। ਇਹ ਸਾਰੇ ਇੱਧਰਲੇ ਕਬੂਤਰ ਤਾਂ ਆਪਣੇ ਆਲਣੇ ਉਲਣੇ 'ਚ ਰਹੀ ਜਾਂਦੇ ਨੇ, ਇੱਕ ਅੰਦਰ ਵੀ ਆਲਣਾ, ਬਾਕੀ ਬਾਹਰ ਨੇ, ਬਾਕੀ ਬੈਕਯਾਰਡ ਦੇ ਵਿੱਚ ਆਲਣੇ ਨੇ। ਪੁੱਤ ਉੜ ਜਾ ਤੂੰ ਹੁਣ। ਵੈਸੇ ਜਨਰਲੀ ਮੈਨੂੰ ਲਾਈਕ ਉਹ ਚੀਜ਼ ਸਮਝਣ 'ਚ ਥੋੜ੍ਹਾ ਜਿਹਾ ਔਖਾ ਹੁੰਦਾ ਵੀ ਜਿਨ੍ਹਾਂ ਨੂੰ ਕਬੂਤਰਾਂ ਦਾ ਸ਼ੌਂਕ ਆ, ਮੈਂ ਸੋਚਦਾ ਉਹਨਾਂ ਵੀ ਕਿਹੋ ਜਿਹਾ ਸ਼ੌਂਕ ਆ, ਹੈ ਨਾ। ਪਰ ਹੁਣ ਇਹ ਮੈਨੂੰ ਕਬੂਤਰ ਸੋਹਣਾ ਹੀ ਬੜਾ ਲੱਗ ਰਿਹਾ, ਪਿਆਰਾ ਜਿਹਾ ਲੱਗ ਰਿਹਾ। ਮੈਨੂੰ ਇਹਦੀ ਥੋੜ੍ਹੀ ਜਿਹੀ ਟੈਨਸ਼ਨ ਆ ਵੀ ਇਹਨੂੰ ਬਿੱਲੀ ਬੁੱਲੀ ਨਾ ਚੱਕ ਦੇਵੇ, ਅਤੇ ਦੇਖਿਓ ਜੇ ਮੈਂ ਜਾਊਂਗਾ ਮੈਨੂੰ ਲੱਗਦਾ ਉਹ ਕਬੂਤਰ ਤਾਂ ਉੱਡ ਜਾਣਗੇ, ਉਹ ਤਾਂ ਉੱਡ ਵੀ ਗਏ, ਉਹ ਤੇਜ਼ ਨੇ, ਉਹ ਬਾਹਰ ਰਹਿਣ ਵਾਲੇ, ਉਹਨਾਂ ਨੂੰ ਪਤਾ ਭਾਈ ਖਤਰਾ। ਇਹ ਵਿਚਾਰਾ ਥੱਕਿਆ ਹੋਇਆ ਵਾ, ਉੱਡ ਨਹੀਂ ਰਿਹਾ ਹੈਗਾ। ਸੋ ਦੇਖੋ ਕੀ ਬਣਦਾ ਹੁਣ, ਮੈਂ ਤੈਨੂੰ ਛੱਡ ਕੇ ਚੱਲਿਆ। ਸੋਹਣਾ ਦੇਖੋ ਕਿੰਨਾ ਸੁਨੱਖਾ ਵਾ, ਉੱਡੀ ਨਾ ਉਰੀ ਰਹੀ। ਮੈਂ ਕੁਛ ਨਹੀਂ ਕਹਿੰਦਾ ਪੁੱਤ, ਕੁਛ ਨਹੀਂ ਕਹਿੰਦਾ, ਮੈਂ ਕੁਛ ਨਹੀਂ ਕਹਿੰਦਾ, ਉੱਡ ਜੂ, ਛੱਡ ਦੂ, ਚੱਲ ਇਹਨੂੰ ਇੰਜੋਏ ਕਰਦੀ ਹੈ। ਆ ਪਿੱਛੇ ਜੀ ਆਪਾਂ ਇੱਕ ਵੀਡੀਓ ਦੇ ਵਿੱਚ ਕਬੂਤਰ ਦੀ ਕਲਿੱਪ ਪਾਈ ਸੀਗੀ, ਉਹ ਕਬੂਤਰ ਸਾਡੇ ਕੋਠੇ 'ਤੇ ਆ ਕੇ ਬਹਿ ਗਿਆ ਸੀਗਾ, ਡੈਡੀ ਜੀ ਫੜ ਲਿਆ ਸੀਗੇ, ਅਤੇ ਡੈਡੀ ਨੇ ਫਿਰ ਉਹ ਸਾਰੇ ਜਵਾਕਾਂ ਨਾਲ ਖੇਡਿਆ। ਤਾਂ ਕਾਫੀਆਂ ਦੇ ਕਮੈਂਟ ਆਏ ਵੀ ਕਬੂਤਰ ਨੂੰ ਸੱਟ ਲੱਗ ਗਈ ਹੋਣੀ ਆ, ਤੁਸੀਂ ਕਬੂਤਰ ਮਾਰ ਨਾ ਦਿਓ। ਤਾਂ ਪਹਿਲਾਂ ਤਾਂ ਐਂ ਦੱਸਦੀ ਆ ਵੀ ਕਬੂਤਰ ਐਨ ਖੁਸ਼ੀ ਖੁਸ਼ ਆ, ਰਾਜੀ ਸੁਖੀ ਆ, ਉਹਨੂੰ ਕੁਛ ਨਹੀਂ ਹੋਇਆ ਹੈਗਾ। ਕਬੂਤਰ ਨਹੀਂ ਸੀਗਾ, ਕਬੂਤਰੀ ਸੀ, ਇਹਦਾ ਰਾਤ ਨੂੰ ਆ ਕੇ ਬਹਿ ਗਈ। ਤੇਰਾ ਚਾਚਾ ਕਹਿੰਦਾ ਬਾਈ ਉੱਪਰ ਬੈਠੀ ਆ, ਇਹਨੂੰ ਕੋਈ ਜਾਨਵਰ ਖਾ ਜੂ, ਵੀ ਫੜ ਕੇ ਥੱਲੇ ਲੈ ਜਾ। ਤੇ ਕਿਸ ਦਿਨ ਆ ਕੇ ਬੈਠੀ ਸੀ ਡੈਡੀ ਇਹ? ਜਿਸ ਦਿਨ ਆਪਾਂ ਨੇ 31 ਤਰੀਕ ਨੂੰ ਆਪਾਂ ਨੇ ਸੁਖਨੀ ਸਾਹਿਬ ਪਾਠ ਕਰਾਇਆ ਅੰਗਦ ਦਾ, ਖੁਸ਼ੀ ਦੇ ਵਿੱਚ, ਉਸ ਦਿਨ ਮੈਂ ਹੈ ਵੀ ਇਹ ਤਾਂ ਬਾਪ ਵੀ ਮਾਲਕ ਨੇ ਭੇਜੀ ਆ। ਸਹੀ ਗੱਲ, ਮੈਂ ਫਿਰ ਤੁਹਾਨੂੰ ਦਿਖਾਈ। ਅੱਛਾ ਫਿਰ ਮੈਂ ਉਹਨੂੰ ਅੰਦਰਲੇ ਕਮਰੇ 'ਚ ਪਾਣੀ ਦਾਲਾਂ ਕੌਲੀ 'ਚ ਪਾ ਕੇ ਰੱਖ ਕੇ ਆਇਆ। ਤੇਰੀ ਮੰਮੀ ਨੇ ਮੂੰਗੀ ਮਸਰੀ ਕਈ ਚੀਜ਼ਾਂ ਮਤਾ ਕਹਿ ਦੀਆਂ ਖਾਂਦੇ ਨੇ। ਸਵੇਰੇ ਅਸੀਂ ਉਹਦਾ ਕੁੰਡਾ ਖੋਲਤਾ, ਲਾਈਟ ਮਚਾ ਕੇ ਰੱਖੀ, ਕਬੂਤਰੀ ਬਾਹਰ ਫਿਰੀ, ਫਿਰ ਉੱਡ ਗਈ। ਦੂਏ ਦਿਨ ਆ ਕੇ ਫਿਰ ਉੱਥੇ ਬਹਿ ਗਈ, ਮੈਂ ਫੜੀ ਕਮਰੇ 'ਚ ਰੱਖਤੀ। ਜਦ ਆਪਾਂ ਨੇ ਵੀਡੀਓ ਪਾਇਆ ਆਪਣਾ ਮੇਰਾ ਹੀ ਦੋਸਤ ਆ ਵੀਰੂ ਗੁੱਜਰ, ਹਾਂਜੀ, ਉਹ ਗੁਰਮੇਲ ਦੇ ਘਰ ਰਹਿੰਦਾ ਗੁਰਦੁਆਰਾ ਸਾਹਿਬ ਦੇ ਸਾਹਮਣੇ, ਉਹਦੀ ਬੇਟੀ ਆਈ ਹੋਈ ਆ। ਉਹਦੀ ਜਦ ਬੇਟੀ ਨੇ ਵੀਡੀਓ ਦੇਖੀ, ਕਹਿੰਦੀ ਡੈਡੀ ਆਪਣੀ ਦਾ ਕਬੂਤਰੀ ਫੌਜੀ ਅੰਕਲ ਦੇ ਘਰ। ਅੱਛਾ ਜੀ। ਦੂਏ ਦਿਨ ਉਹਦਾ ਮੈਨੂੰ ਫੋਨ ਆਇਆ ਵੀ ਫੌਜੀ ਸਾਹਿਬ ਕਬੂਤਰੀ ਤੁਹਾਡੇ ਕੋਲ ਆ। ਮੈਂ ਵੀ ਵੀਰੂ ਸਾਡੇ ਕੋਲ ਕਬੂਤਰੀ ਇੱਕ ਆਈ ਆ, ਅਸੀਂ ਫੜ ਕੇ ਅੰਦਰ ਕਰ ਦਿੰਦੇ, ਸਾਡੇ ਕੋਲ ਬਹੁਤ ਤੁਰੀ ਫਿਰਦੀ ਆ ਬਾਹਰ। ਤੇਰੀ ਮੰਮੀ ਕਹਿੰਦੀ ਐਂ ਲੱਗਦਾ ਜਿਵੇਂ ਆਪਾਂ ਨੂੰ ਬਹੁਤ ਜਾਣਦੀ ਹੁੰਦੀ ਆ, ਜੇ ਆਪਾਂ ਨੇ ਉਹ ਰੱਖਣੀ ਹੁੰਦੀ ਆਪਾਂ ਉਹਦੇ ਖੰਭ ਵੀ ਕੱਢ ਸਕਦੇ ਸੀਗੇ, ਉਹਨੂੰ ਕੱਟ ਵੀ ਸਕਦੇ ਸੀਗੇ, ਉਹਦੇ ਖੰਭਾਂ ਨੂੰ ਕੁੱਟੀ ਬੰਨ ਲੈਂਦੇ। ਮੈਨੂੰ ਲੱਗਦਾ ਕੱਟੇ ਵੀ ਹੋਏ ਸੀ ਡੈਡੀ ਥੋੜ੍ਹੇ, ਉਹਨਾਂ ਨੇ ਕੁਛ ਖੰਭ ਪੱਟੇ ਹੋਏ ਸੀਗੇ। ਅੱਛਾ ਜੀ। ਉਹ ਪੱਟੇ ਹੋਏ 'ਚ ਬਹੁਤ ਹੀ ਨਹੀਂ ਉੱਡਦੀ ਸੀਗੀ, ਆਪਣਾ ਨੇੜੇ ਹੀ ਘਰ ਆ। ਅੱਛਾ, ਤੀਏ ਦਿਨ ਕਬੂਤਰੀ ਉਹਦੇ ਬਚੇ ਵੀ ਸੀਗੇ ਛੋਟੇ ਛੋਟੇ, ਉਹ ਕਹਿੰਦਾ ਦੂਸਰਾ ਕਬੂਤਰੀ ਉਹਨਾਂ ਨੂੰ ਚੋਗਾ ਨਹੀਂ ਦਿੰਦੀ, ਭੁੱਖੇ ਨੇ। ਮਾਲਕ ਵੱਲੋਂ ਦੂਸਰੇ ਦਿਨ ਕਬੂਤਰੀ ਉਹਨਾਂ ਦੇ ਘਰੇ ਹੀ ਚਲੀ ਗਈ ਆਪਣੇ ਆਪ ਹੀ, ਆਪਣੇ ਆਪ। ਇੱਕ ਦਿਨ ਉਹ ਮੈਨੂੰ ਲੈਣ ਵੀ ਆਏ ਸੀ ਆਪਣੇ ਘਰੇ, ਜਦ ਉੜ ਗਈ ਸੀਗੀ ਉਹ ਆਏ ਦੋ ਗੇਰੀ ਲੈਣ। ਮੈਂ ਵੀ ਦੇਖ ਲਓ ਸਾਡੇ ਕੋਠੇ 'ਤੇ ਜੇ ਬੈਠੀ ਆ ਤਾਂ ਲੈ ਜਾਓ, ਜਦ ਆਊਗੀ ਅਸੀਂ ਫੜ ਕੇ ਤੁਹਾਨੂੰ ਦੇ ਦਾਂਗੇ। ਆਪਾਂ ਨੇ ਪੁੱਤ ਕਬੂਤਰੀ ਕੀ ਕਰਨੀ ਸੀਗੀ, ਜੇ ਆਪਾਂ ਨੇ ਕਬੂਤਰੀ ਮਾਰਨੀ ਹੁੰਦੀ ਜਾਂ ਰੱਖਣੀ ਹੁੰਦੀ, ਆਪਣੇ ਕੋਲ ਛੱਤਰੀ ਪਈ ਆ ਐਡੀ ਬੜੀ, ਚਾਚਾ ਤੇਰਾ ਲਿਆਇਆ ਸੀਗਾ ਸਮਰਾਲੇ ਤੋਂ, ਤੇਰੀ ਮੰਮੀ ਨੇ ਲਾ ਕੇ ਰੱਖੀ, ਕਹਿੰਦੀ ਕਬੂਤਰ ਬੈਠ ਜਾਂਦੇ ਨੇ ਉੱਤੇ ਆ ਕੇ, ਫਿਰ ਤੁਸੀਂ ਫੜੋਗੇ। ਆਪਾਂ ਉਹਦੇ ਫਰ ਕੱਢ ਸਕਦੇ ਸੀ, ਫੰਘ ਬਹੁਤ ਕੁਛ ਕਰ ਸਕਦੇ ਸੀ, ਕਬੂਤਰੀ ਸੁਨੱਖੀ ਬਹੁਤ ਸੀ।
ਬਹੁਤ ਸੋਹਣੀ ਸੀ ਐ ਲੱਗਦਾ ਸੀਗਾ ਤੇਰਾ ਤਾਂ ਚਾਚਾ ਕਹਿੰਦਾ ਆਪਾਂ ਇੱਕ ਹੋਰ ਲਿਆਉਣੀ ਇਹਦੇ ਨਾਲ ਨੂੰ ਹਾਂ ਮੈਂ ਕਿਹਾ ਜੇ ਆਊਗੀ ਤੇਰੀ ਮੰਮੀ ਕਰੇ ਸਤਮਾਹੀ ਦਾਲ ਲਿਆਓ ਦਰਾਹੇ ਤੋਂ ਇਹਨੂੰ ਪਾਇਆ ਕਰੋ ਇਹ ਖਾਊਗੀ ਮੈਂ ਤਾਂ ਉਹਨੂੰ ਪਾਣੀ ਪਿਲਾਉਂਦਾ ਰਿਹਾ ਦਾਲ ਪਾਉਂਦਾ ਰਿਹਾ ਦੋ ਦਿਨ ਉਹਦੇ ਭਾਂਡੇ ਵੀ ਵਿਹੜੇ 'ਚ ਹੀ ਰਹੇ ਅਸੀਂ ਤਾਂ ਭਾਈ ਉਹਨੂੰ ਕੁਛ ਨਹੀਂ ਕਰਿਆ ਇੱਕ ਬੱਚਿਆਂ ਨੂੰ ਦਿਖਾਈ ਸਾਨੂੰ ਬਹੁਤ ਖੁਸ਼ੀ ਹੋਈ ਵੀ ਸਾਡੇ ਘਰ ਪਹਿਲੀ ਵਾਰੀ ਹੋਇਆ ਸੀ ਹਾਂ ਪਹਿਲੀ ਵਾਰੀ ਹੋਇਆ ਸੀਗਾ ਆਪਣੇ ਤਾਂ ਘਰ ਮੇਰੇ ਤੋਂ ਬਿਨਾ ਕੋਈ ਫੜਦਾ ਵੀ ਨਹੀਂ ਸਾਰੇ ਡਰਦੇ ਨੇ ਸਹੀ ਗੱਲ ਹੈ ਇੱਕ ਤੇਰੀ ਮੰਮੀ ਨੇ ਉਰੇ ਆ ਕੇ ਫੜ ਲਈ ਜੇ ਨਾ ਫੜਦੇ ਉਹਨੂੰ ਕੋਈ ਰਾਤ ਨੂੰ ਜਾਨਵਰ ਖਾ ਜਾਂਦਾ ਇਹ ਕਬੂਤਰ ਭੋਲਾ ਹੁੰਦਾ ਜਿਹੜਾ ਇਹਨੂੰ ਦਿਲ ਵੀ ਕਹਿੰਦੇ ਇਹਦਾ ਛੋਟਾ ਵਾ ਅੱਖਾਂ ਬੰਦ ਕਰ ਲੈਂਦਾ ਹਾਂ ਆਪਾਂ ਤਾਂ ਪਿਆਰ ਨਾਲ ਰੱਖੀ ਦੋ ਰਾਤਾਂ ਤੀਜੀ ਰਾਤ ਕੁਦਰਤੀ ਉਹਨਾਂ ਦੇ ਘਰ ਚਲੀ ਗਈ ਮੈਂ ਉਹਨਾਂ ਦੇ ਕਹਿ ਕੇ ਆਏ ਹਾਂ ਵੀ ਇਹਦੇ ਖੰਭ ਨਾ ਕੱਟਿਓ ਇਹਦੇ ਬਾਹ ਪੱਟਿਓ ਨਾ ਗੁੱਟੀਆਂ ਨਾ ਬੰਨਿਓ ਵੀ ਜੇ ਉੜ ਕੇ ਦੁਬਾਰਾ ਆ ਗਈ ਅਸੀਂ ਫੜ ਕੇ ਤੁਹਾਨੂੰ ਤੁਹਾਡੇ ਘਰ ਦੇਵਾਂਗੇ ਤਾਂ ਡੈਡੀ ਨੇ ਐਂ ਵੀ ਕਹਿਤਾ ਸੀ ਸਾਨੂੰ ਉਦੋਂ ਪਤਾ ਨਹੀਂ ਲੱਗਿਆ ਸੀਗਾ ਵੀ ਉਹ ਕਿਹਨੇ ਇਹ ਕਿਹਨਾਂ ਦੀ ਕਬੂਤਰੀ ਆ ਉਦੋਂ ਆਪਾਂ ਨੂੰ ਦੱਸ ਕੇ ਨਹੀਂ ਗਏ ਸੀਗੇ ਆਪਾਂ ਨੂੰ ਨਹੀਂ ਪਤਾ ਹਾਂ ਪਰ ਡੈਡੀ ਕਹਿੰਦੇ ਮੈਨੂੰ ਡੈਡੀ ਨੇ ਕਿਹਾ ਸੀਗਾ ਮੈਂ ਕਿਹਾ ਡੈਡੀ ਕਿੰਨੀ ਸੁਣੀ ਡੈਡੀ ਕਹਿੰਦੇ ਜੇ ਇਹ ਇੱਕ ਦਿਨ ਹੋਰ ਆ ਗਈ ਫਿਰ ਮੈਂ ਰੱਖ ਲੈਣੀ ਹੈ ਜੇ ਆਪਾਂ ਨੂੰ ਇਹਦਾ ਮਾਲਕ ਨਾ ਮਿਲਿਆ ਵੀ ਮੈਨੂੰ ਵਧੀਆ ਲੱਗੀ ਉਹ ਤਾਂ ਹੁਣ ਸਿੱਟਣੀ ਥੋੜੋ ਸੀਗੀ ਹਾਂਜੀ ਉਹ ਵੀ ਜਾਨਵਰ ਆ ਜੇ ਹੁਣ ਆਪਣੇ ਆ ਕੇ ਘਰੇ ਬੈਠਦੀ ਆ ਉਹ ਤਾਂ ਆਏ ਤੇਰੀ ਮੰਮੀ ਦੇ ਲੱਤਾਂ 'ਚ ਵੱਜੇ ਆ ਕੇ ਤੇ ਤੇਰੀ ਮੰਮੀ ਕਹਿੰਦੀ ਡਰਦੀ ਨਹੀਂ ਰੰਗ ਬਹੁਤ ਸੋਹਣੇ ਸੀ ਉਹ ਸਭ ਇੰਨੀ ਕੁਵਿਆਰੀ ਕਬੂਤਰੀ ਸੀਗੀ ਬਾਰੇ ਬਾ ਬਹੁਤ ਵਧੀਆ ਹਾਂ ਸੋ ਕਬੂਤਰੀ ਸੇਫ ਆ ਜੀ ਆਪਣੇ ਉਹ ਘਰੇ ਪਹੁੰਚ ਗਈ ਸੇਫ ਆ ਵੀਰੂ ਗੁੱਜਰ ਆ ਗੁਰਦੁਆਰਾ ਸਾਹਿਬ ਦੇ ਕਰਨਗੀ ਸਾਹਿਬ ਦੇ ਗੁਰਮੇਲ ਸਾਡਾ ਪ੍ਰਧਾਨ ਸਾਹਿਬ ਉਹਨਾਂ ਦੇ ਘਰੇ ਕਿਰਾਏ ਤੇ ਰਹਿੰਦੇ ਨੇ ਉਹਨਾਂ ਨੇ ਮੈਨੂੰ ਆ ਕੇ ਦੱਸਿਆ ਵੀ ਫੌਜੀ ਸਾਹਿਬ ਸਾਡੀ ਕਬੂਤਰੀ ਵਾਪਸ ਆ ਗਈ ਤੁਸੀਂ ਚਿੰਤਾ ਨਹੀਂ ਕਰਨੀ ਉੱਪਰ ਨੂੰ ਨਹੀਂ ਦੇਖੀ ਜਾਂਦੀ ਮੈਂ ਕਿਹਾ ਚਲੋ ਕਲੀਅਰ ਕਰ ਦੇ ਕਈਆਂ ਨੂੰ ਹੁੰਦਾ ਕਿ ਕਈਆਂ ਨੂੰ ਹੋ ਗਿਆ ਵੀ ਸ਼ਾਇਦ ਇਹ ਐਂ ਕਰਨਗੇ ਐਂ ਕਰਨਗੇ ਸਾਡੇ ਦਾ ਦੋਸਤ ਆ ਜਟਾਣੀ ਵਾਲਾ ਸਰਪੰਚ ਨੇ ਕਈ ਗਰੀ ਕਿਹਾ ਉਹ ਆਪਣੇ ਵਿੱਕੀ ਦਾ ਫੁੱਫੜਾ ਰੰਪੁਰ ਤੋਂ ਅੱਗੇ ਪਿੰਡ ਆ ਉਹਨੇ ਕਿਹਾ ਕਹਿੰਦਾ ਮੇਰੇ ਕੋਲੋਂ ਲੈ ਜਾਓ ਕਬੂਤਰ ਆਪਾਂ ਤਾਂ ਵੈਸੇ ਕੁੱਤਾ ਔਰ ਕਬੂਤਰ ਰੱਖਦੇ ਨਹੀਂ ਹੈਗੇ ਭੂਰ ਨੂੰ ਰੋਜ਼ ਦੁੱਧ ਪਿਲਾਈ ਦਾ ਰੋਟੀ ਪਾਈ ਦਾ ਉਹਨੂੰ ਨਹੀਂ ਕਦੇ ਪਰ ਉਹਨੂੰ ਆਜ਼ਾਦ ਰੱਖਿਆ ਪਟਾ ਪਾ ਨਾ ਨਾ ਪਟਾ ਪਾਇਆ ਹਾਂ ਹਾਂ ਮੈਂ ਤਾਂ ਜੇ ਕਿਤੇ ਦਰਾ ਸ਼ਹਿਰ 'ਚ ਵੀ ਜਾਵਾਂ ਕਿਸੇ ਨੇ ਚਿੜੀਆਂ ਪਿੰਜਰੇ 'ਚ ਬੰਦ ਕਰੀਆਂ ਨੇ ਮੈਂ ਉਹਨੂੰ 500-200 ਦੇ ਕੇ 2-4 ਚਿੜੀਆਂ ਫੜ ਕੇ ਬਾਹਰ ਡਾ ਦਿੰਦਾ ਪਿੰਜਰੇ 'ਚ ਬੰਦ ਕਰਨਾ ਚਾਹੇ ਉਹ ਦੁਬਾਰਾ ਫੜ ਲੈਣ ਪਰ ਕੋਈ ਚੱਕਰ ਨਹੀਂ ਪੁੱਤ ਮਰਜ਼ੀ ਆ ਲੇਕਿਨ ਆਪਣਾ ਜਿਹੜਾ ਫਰਜ਼ ਆ ਉਹ ਕਰਨਾ ਚਾਹੀਦਾ ਆਪਾਂ ਕਬੂਤਰੀ ਦਾ ਬਹੁਤ ਕੁਛ ਕਰ ਸਕਦੇ ਸੀ ਕਿਸੇ ਨੂੰ ਭਾਫ ਨਹੀਂ ਲੱਗਣ ਦਿੰਦੇ ਸੀਗੇ ਜੇ ਆਪਾਂ ਨੇ ਵੀਡੀਓ 'ਚ ਪਾਈ ਤਾਂ ਵੀਰੂ ਦੀ ਬੇਟੀ ਨੇ ਦੇਖੀ ਤਾਂ ਉਹਨੇ ਦੱਸਿਆ ਪਾਪਾ ਕਬੂਤਰੀ ਤਾਂ ਅੰਕਲ ਕੋਲ ਆ ਜੇ ਉਹ ਆਏ ਕਬੂਤਰੀ ਆਪਣੇ ਆਪੇ ਸਿਆਣੀ ਕਬੂਤਰੀ ਤੇ ਕਬੂਤਰੀ ਦੇ ਬੱਚਿਆਂ ਦਾ ਮੇਲ ਹੋ ਗਿਆ ਮੇਲ ਹੋ ਗਿਆ ਮਾਲਕ ਨੇ ਉਹਦੇ ਬੱਚੇ ਦੀ ਵੀ ਸੁਣੀ ਹਾਂਜੀ ਉਹਦੇ ਬੱਚੇ ਨੂੰ ਮਾਂ ਮਿਲੀ ਔਰ ਮਾਲਕ ਨੂੰ ਕਬੂਤਰੀ ਮਿਲੀ ਆਪਣਾ ਮਨ ਖੁਸ਼ ਹੋ ਗਿਆ ਇੱਕ ਦੋ ਦਿਨ ਵਾਸਤੇ ਸਾਡਾ ਮਨ ਖੁਸ਼ ਹੋ ਗਿਆ ਹਾਂ 2 ਦਿਨ ਰਹੀ ਆਪਣੇ ਕੋਲ ਤੇ ਤੁਸੀਂ ਐਨੇ ਜਾਣੇ ਨੇ ਦੇਖ ਲਈ ਕਬੂਤਰੀ ਭਾਗ ਵਾਲੀ ਅਸੀਂ ਰੜੀ ਕਬੂਤਰੀ ਭਾਗ ਵਾਲੀ ਸੀਗੀ ਦੋ ਭਾਗ ਵਾਲੀ ਤੇ ਮੈਂ ਕਬੂਤਰੀ ਦੀ ਇੰਸਟਾਗ੍ਰਾਮ ਦੇ ਉੱਤੇ ਰੀਲ ਵੀ ਪਾ ਦੇਣੀ ਹੈ ਮੈਨੂੰ ਤਾਂ ਬਾਹਲੀ ਸੋਹਣੀ ਲੱਗੀ ਖੈਰ ਬਾਕੀ ਕਬੂਤਰੀਆਂ ਵੀ ਸੋਹਣੀ ਆਉਣਗੀਆਂ ਅਸੀਂ ਇੰਨੀਆਂ ਦੇਖੀਆਂ ਨਹੀਂ ਹੈਗੀਆਂ ਕਦੇ ਆਪਾਂ ਨੇ ਉਹੀ ਇੱਕ ਦੇਖੀ ਆ ਸਾਨੂੰ ਪਰੇ ਪਿਆਰੀ ਲੱਗੀ ਉਹੀ ਬਹੁਤ ਪਿਆਰੀ ਲੱਗੀ ਆਪਾਂ ਨੇ ਕਿਹਾ ਜੀ ਅੱਜ ਜਦ ਆਪਣੇ ਪਿੰਡ ਬਾਜੀ ਹੋਈ ਆ ਆਪਣੇ ਬਨੇਰੇ ਦੇ ਕਈ ਕਬੂਤਰ ਹਾਂਜੀ ਹਾਂਜੀ ਆਪਾਂ ਉਹ ਫੜਨਾ ਹੈ ਅਸੀਂ ਕਿਹਾ ਭਾਈ ਜਿਹੜਾ ਤੁਹਾਡਾ ਤੁਸੀਂ ਆਪਣਾ ਫੜ ਲਓ ਇਹ ਨਾ ਇੱਕ ਬੰਦਾ 4 ਕਬੂਤਰ ਫੜ ਕੇ ਲੈ ਜਾਵੇ ਬਈ ਐਸਾ ਕੰਮ ਨਾ ਕਰਿਓ ਜਿਹਦਾ ਆਏਗਾ ਆਪਣੀ ਇਮਾਨਦਾਰੀ ਨਾਲ ਲੈ ਜਾਓ ਆਪਾਂ ਨੇ ਪੁੱਤ ਕਬੂਤਰ ਕੀ ਕਰਨੇ ਨੇ ਜੇ ਕਿਸੇ ਨੂੰ ਚਾਹੀਦੀ ਹੈ ਮੈਂ ਉਹਨੂੰ ਕਬੂਤਰ ਲੈ ਕੇ ਦੇ ਸਕਦਾ ਦੋ ਕਬੂਤਰ ਕਬੂਤਰੀ ਹਾਂ ਮੇਰੇ ਕੋਲ ਦੋਸਤਾਂ ਕੋਲ ਬਹੁਤ ਨੇ ਕਈ ਵਾਰੀ ਮੈਨੂੰ ਕਿਹਾ ਬਈ ਫੌਜੀ ਸਾਹਿਬ ਇੱਕ ਖੁੱਡਾ ਬਣਾ ਲਓ ਸੱਤ ਤੋਂ ਬਹੁਤ ਖੇਤੀ ਦੇ ਕੰਮੇ ਨਹੀਂ ਮੁੱਕਦੇ ਸਹੀ ਗੱਲ ਹੈ ਆ ਗੋਡਾ ਪੈਣ ਵਾਲਾ ਨਵਾਂ ਹੋਰ ਮੈਂ ਪੌੜੀਆਂ ਚੜੂ ਉਤਰੂ ਗਿਰ ਜੂ ਜਿਵੇਂ ਕਬੂਤਰ ਰੱਖ ਵੀ ਲੈ ਉਧਰੋਂ ਗੋਡਾ ਪੈ ਗਿਆ ਉਹਨਾਂ ਨੂੰ ਕੌਣ ਦਾਣਾ ਪਾਉਂਦਾ ਤੇਰੀ ਮੰਮੀ ਦਾ ਕੁੰਡਾ ਖੋਲ ਕੇ ਛੱਡ ਦੂਗੀ ਕਬੂਤਰਾਂ ਦਾ ਛੱਡੋ ਤੁਹਾਨੂੰ ਦਾਣਾ ਕੌਣ ਪਾਊਗਾ ਮੇਰੀ ਵੀ ਰੋਟੀ ਬੰਦ ਹੋ ਜੂਗੀ ਸਹੀ ਗੱਲ ਹੈ ਸੋ ਆਪਾਂ ਯਾਦ ਰਹਿਣਾ ਕੋਈ ਚਲੋ ਮੈਂ ਕਿਹਾ ਵੀ ਕਲੀਅਰ ਕਰ ਦਈਏ ਸਾਰੇ ਨੂੰ ਇੱਕ ਵਾਰੀ ਬੇਟਾ ਚਾਹੀਦਾ ਵੀ ਕਿਤੇ ਲੋਕਾਂ ਨੂੰ ਐਂ ਨਾ ਹੋਵੇ ਇਹਨਾਂ ਨੇ ਫੰਘ ਕੱਢਤੇ ਰੱਖ ਲਈ ਆਪਾਂ ਨੇ ਕੀ ਕਰਨੀ ਸੀਗੀ ਮਾਲਕ ਦੀ ਉਹਨਾਂ ਮਾਲਕ ਦੀ ਕਬੂਤਰੀ ਸੀਗੀ ਉਹਨਾਂ ਕੋਲ ਚਲੀ ਗਈ ਬੱਚੇ 2 ਦਿਨ ਬੱਚਾ ਕਿੰਨਾ ਔਖਾ ਹੋਇਆ ਉਹਨਾਂ ਉਹ ਕਿੰਨੇ ਪਰੇਸ਼ਾਨ ਹੋਏ ਕਈ ਗੇੜੇ ਮਾਰ ਗਏ ਹਾਂਜੀ ਚਲੋ ਜੀ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਹਾਂ ਕਬੂਤਰੀ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।